ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ, ਮੇਰਾ ਚੈਨਲ ਗੁਰਸਿੱਧੂ ਪੀਵੀ ਤੇ ਹੀ। ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਬਲੌਗ। ਓਕੇ, ਦੇ ਘਰ ਅੱਜ ਫੇਰ ਆਏ ਹਾਂ ਦੁਬਾਰਾ। ਉਹ ਸਾਰੇ ਸੁੰਨ ਜੇ ਹੋ ਗਏ ਯਾਰ, ਆਹ ਦੇਖੋ ਕੀ ਆਪੇ ਬਸ ਦੀ ਆ ਗਿਆ। ਮੈਂ ਵੀਰੇ ਨੂੰ ਲੈ ਕੇ ਆਓ, ਤਾਂ ਮੈਂ ਅੱਜ ਉਹਨੂੰ ਲੈਣ ਆਇਆ ਤੇ ਉਹ ਪ੍ਰਾਹੁਣਾ ਸਾਹਿਬ ਉਹਨੀ ਉੱਥੇ ਗਾਜਰਾਂ ਪੱਟਣ ਲੱਗੇ ਪਏ ਨੇ। ਉਹ ਭਾਈ ਕਿਹੋ ਜਿਹੀਆਂ ਹੋ ਗਈਆਂ ਗਾਜਰਾਂ? ਲੈ ਆ ਹਲਦੀ ਵੀ ਪੱਟਦੇ ਆ, ਸੁੱਕੀ ਪਈ ਆ ਦੇਖੋ। ਹਲਦੀ ਪੱਟ ਕੇ ਪਰੇ ਕਰੋ ਇਹਨੂੰ, ਕਿਉਂ ਹਲਦੀ ਇੱਕ ਹਲੇ ਹੋਰ ਸੁਕਾਉਣੀ ਆ ਇਹ। ਹਾਂ, ਜਦ ਜਮਾਂ ਹੀ ਸੁੱਕ ਗਏ ਫੇਰ ਕੱਢਣੀ ਆ। ਵਾਹ ਜੀ ਵਾਹ, ਸਬਜ਼ੀ ਬਣਾਉਣੀ ਅੱਜ ਗਾਜਰਾਂ ਦੀ? ਅੱਛਾ, ਗਾਜਰ ਪਾਕ ਯਾਰ, ਗਾਜਰ ਸੋਹਣੀ ਆ ਯਾਰ, ਗਾਜਰਾਂ ਤਾਂ ਠੀਕ ਨੇ। ਦੇਖਾ ਦੇ ਕੀ ਹਾਲ ਨੇ। ਆਹ ਦੇਖੋ ਜੀ ਗਾਜਰ, ਲੈ ਆਹ ਗਾਜਰ ਦੇਖੋ ਤਾਂ ਸਹੀ, ਕਿੰਨੇ ਟੌਪ ਦੀ ਗਾਜਰ। ਲੈ ਲੈ ਬਈ, ਰਾਜੂ ਨੇ ਤਾਂ ਰੰਗ ਲਾ ਤੇ, ਹੈ ਰਾਜੂ? ਸਲਗਮ ਸਲਗਮ ਵੀ ਹੈ, ਵਧੀਆ ਚੀਜ਼ ਆ, ਪਰ ਆਪਣੇ ਹੈਗੇ ਨੇ, ਆਪਣੇ ਸਿੱਧਮਾ ਹੈਗੇ ਨੇ, ਸਿੱਧਮਾ ਆਪਣੇ ਲਾਏ ਵੇ ਨੇ ਸਲਗਮ ਵਧੀਆ। ਮੈਂ ਵੀ ਰਾਜੂ ਨੇ ਤਾਂ ਕਮਾਲ ਏ ਕਰਤੀ, ਹੈ ਗਾਜਰਾਂ ਵੀ, ਹਲਦੀ ਵੀ ਤਿਆਰ ਹੈ, ਸਲਗਮ ਵੀ ਤਿਆਰ ਹੈ। ਹੈ ਬਾਈ, ਤੁਹਾਡੇ ਕਿੰਨੂ ਦੇਖ ਕੇ ਬੱਲੇ ਬੱਲੇ ਬਹੁਤ ਖੁਸ਼ ਹੋਏ ਨੇ ਲੋਕ, ਕਹਿੰਦੇ ਬਾਈ ਯਾਰ ਇੰਨੇ ਸੋਹਣੇ ਕਿੰਨੂ, ਕਹਿੰਦੇ ਯਾਰ ਬਹੁਤ ਘੈਂਟ ਕਿੰਨੂ ਨੇ। ਉਹ ਸੰਗਤਰਾ, ਉਹ ਜਿਹੜਾ ਗੋਬਰ ਗੈਸ ਤੇ ਆ। ਹਾਂ ਹਾਂ, ਉਹ ਸੰਗਤਰਾ ਆ। ਮੈਂ ਇਹਨੂੰ ਲੱਗਿਆ ਤਾਂ, ਮੈਂ ਕਿਹਾ ਵੀਡੀਓ 'ਚ ਵੀ ਦੱਸਿਆ ਵਾ ਵੀ ਸੰਗਤਰਾ ਲੱਗਦਾ ਮੈਨੂੰ, ਵੀ ਮੈਂ ਸੰਗਤਰਾ ਹੀ ਆ ਉਹ। ਉਹ ਦੇਖੋ ਮੁਰਗਾ ਕਿਵੇਂ ਚੜਿਆ ਦੇਖਦਾ, ਉਹ ਦੇਖੋ ਨਿਗਾਹ ਮਾਰ ਰਿਹਾ ਵੀ ਕੋਈ ਹੈ ਤਾਂ ਨਹੀਂ, ਤੇ ਕਿਵੇਂ ਉੱਪਰ ਖੜ ਕੇ ਦੇਖ ਰਿਹਾ ਹੈ। ਵੈਸੇ ਇਹਨਾਂ ਦੇ ਰਹਿਣ ਦੀ ਜਗ੍ਹਾ ਹੈਗੀ ਹੈ, ਇਹੀ ਹੈ, ਇਹੋ ਜਿਹੀ ਜਗ੍ਹਾ 'ਚ ਖੁਸ਼ ਰਹਿੰਦੇ ਨੇ ਇਹ। ਤੇਰੀ ਵੀਡੀਓ ਨਹੀਂ ਬਣਦੀ, ਤੇਰੀ ਤਾਂ ਇਹ ਵੜਦੀ ਤਾਂ ਨਹੀਂ ਹੈਗੀ ਲੂਸੀ, ਲੂਸੀ ਅੱਛਾ ਮੈਨੂੰ ਤਾਂ ਵੱਢੂਗੀ। ਹਾਂ ਲੂਸੀ, ਹਾਂ ਲੂਸੀ, ਅੱਛਾ ਹਾਂ ਲੂਸੀ, ਕਹਿੰਦੇ ਵੱਡੇ ਨਾ, ਮੈਨੂੰ ਡਰ ਲੱਗਦਾ। ਉਹ ਕੁੜੀ ਆਈ ਸੀ ਨਵੀਂ ਆਪਣੇ ਹਰੀ ਅੱਚ ਦੀ ਕੁੜੀ, ਇਹਦੇ ਦੋਏ ਪੈਰ ਦੇ ਪੈਰਾਂ 'ਚ ਰੱਖ ਲੈਣੇ ਆ ਤੂੰ। ਅੱਛਾ ਹਾਂ ਲੂਸੀ, ਰੋਹ ਬਹੁਤ ਆ ਬਾਈ ਇਹਦਾ। ਲੂਸੀ, ਇਹ ਲੂਸੀ ਸਪੈਸ਼ਲ ਮਿਲਣ ਆਇਆ ਕੱਲ, ਮੈਂ ਕਹਿ ਉਹਨੂੰ ਪਿਆਰ ਬਹੁਤ ਕਰਦਾ ਤਾ ਉਹ। ਆਲੂਸੀ ਆਲੂਸੀ ਦੇਖਦੀ ਦੇਖ, ਕਿੰਨਾ ਧਿਆਨ ਨਾਲ ਦੇਖ। ਹੈਂ ਲੂਸੀ ਬੈਠੋ, ਬਹਿ ਜਾ ਬਹਿ ਜਾ ਬਹਿ ਜਾ ਲੂਸੀ, ਬਹਿ ਜਾ ਬਹਿ ਜਾ, ਦੇਖ ਕਿੰਨਾ ਘੈਂਟ ਲੱਗਦਾ ਦੇਖ ਦੇਖ, ਰੋਹ ਦੇਖ ਕਿੰਨਾ, ਬੈਠ ਜਾ ਲੈ ਬਹਿ ਜਾ, ਲੱਜਾ ਦੇ ਬਹਿ ਜਾਂਦੀ ਬਹਿ ਜਾ ਹੁਣ ਇੱਧਰ ਚੱਲ। ਕੜਕਨਾਥ ਆ ਦੇਖੋ, ਵਿੱਚ ਇਹਦੇ ਕੜਕਨਾਥ ਵੀ ਨੇ ਵਿੱਚ,
ਇਹਦੇ ਵਿੱਚ ਨਾ ਕੜਕਨਾਥ ਨੇ ਕਹੀ ਉਹ ਫਿਰਦਾ ਚੱਲੀ ਕੋਲਾ ਆ ਦੇਖ ਪਤਾ ਪਿਓਰ ਕੜਕਨਾਥ ਆ ਉਹ ਜਿਹੜਾ ਉਹ ਖੜਾ ਉਹ ਦੇਖ ਆ ਜਾ ਆਜੋ 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 ਜੇ ਇਹਨਾਂ ਨੂੰ ਮਾੜਾ ਜਿਹਾ ਕਹਿੰਦੇ ਨਾ ਵੀ ਖੁੱਡੇ 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 ਜਦੇ ਭੱਜ ਲੈਣਾ ਇਹਨਾਂ ਨੇ ਖੁੱਡੇ 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 ਚਲੋ ਖੁੱਡੇ 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 ਚਲੋ ਖੁੱਡੇ ਚਲੋ 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 ਚਲ ਚਲ ਚਲੋ 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 ਭੱਜੋ ਚਲੋ ਖੁੱਡੇ 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 ਚਲ ਇਹ ਖੁੱਡੇ ਕਹੇ ਤੋਂ ਭੱਜ ਜਾਂਦੇ ਨੇ ਹੈ ਕਿੰਨੇ ਘੈਂਟ ਲੱਗਦੇ ਲੈ ਸਾਰੇ ਉਹ ਦੇਖੋ ਸਾਰੇ ਹੋ ਗਏ ਨਾ ਆ ਦੇਖ ਆ ਦੇਖ ਆ ਦੇਖ ਹਾਂ ਆ ਦੇਖ ਖੁੱਡੇ 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 ਚਲੋ ਖੁੱਡੇ ਖੁੱਡੇ ਚਲੋ 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 ਉਹ ਦੇਖੋ ਵੜ ਗਏ ਚਲੋ 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 ਅੰਦਰ ਚਲੋ ਆਪਣੇ ਕਮਰੇ 'ਚ ਚਲੋ ਲਾਓ ਟੀ ਵੀ ਅੰਦਰ ਜਾ ਕੇ ਟੀ ਵੀ ਲਾ ਕੇ ਦੇਖੋ ਮੌਜ ਨਾਲ ਠੰਡ ਹੋ ਗਈ ਚਲੋ ਵੜ ਗਿਆ ਦੇਖੋ ਐਂ ਵੜਦੇ ਨੇ ਬਾਈ ਬੜੇ ਘੈਂਟ ਲੱਗਦੇ ਨੇ ਯਾਰ ਆਹ ਦੇਖ ਨਾ ਬਹੁਤ ਘੈਂਟ ਦੇਖੋ ਐਕਣਾ ਦੇਖੋ ਉਰੇ ਆ ਕੇ ਵਿਹੜੇ 'ਚ ਖੇਡਦੀਆਂ ਰਹਿੰਦੀਆਂ ਨੇ ਵਿਚਾਰੀਆਂ ਕੁਛ ਨਹੀਂ ਕਹਿੰਦੀਆਂ ਇਹ ਵਿਚਾਰੇ ਇਹ ਤਾਂ ਨਾ ਜਿਹੜਾ ਕੋਈ ਇਹਨਾਂ ਇਹ ਇੰਨਾ ਸਿੱਖ ਜਾਂਦੀਆਂ ਨੇ ਇੰਨਾ ਕਾਟੋਆਂ ਮੌਸਮ ਤਿਆਰ ਹੋਇਆ ਭਾਈ ਮੁੰਡਾ ਸਾਡਾ ਤੁਹਾਨੂੰ ਪਤਾ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਦੀਆਂ ਤਿਆਰੀਆਂ ਲਓ ਜੀ ਗਾਇਸ ਭਾਣਜਾ ਲਿਆਂਦਾ ਪਿੰਡ ਆ ਗਿਆ ਭਾਵਜੋਤ ਵੀ ਹੁਣ ਖੁਸ਼ ਬੈਠਾ ਕਹਿੰਦਾ ਵੀਰ ਆ ਗਿਆ ਇੱਧਰ ਜਸਕਰਨ ਸਿੰਘ ਵੀ ਆਇਆ ਬਾਅਦ 'ਚ ਇੱਧਰ ਸਾਡੀ ਮਾਤਾ ਜੀ ਨੇ ਤਾਂ ਬੇਚਾਰੇ ਨੂੰ ਬਿਪਤਾ ਹੀ ਪਾਤੀ ਉਹ ਤਾਂ ਤੇਰੀ ਮਰਜ਼ੀ ਹੈ ਚੱਲ ਹੋ ਗਈ ਡਨ ਡੀਲ ਕੱਲ ਤੋਂ ਅਗਲੇ ਦਿਨ ਲੈ ਜੀ ਭਾਈ ਠੀਕ ਹੈ ਬੇਚਾਰੇ ਨੇ ਇਹਨੇ ਪ੍ਰੋਗਰਾਮ ਬਣਾਇਆ ਬੇਚਾਰੇ ਨੇ ਹੋਰ ਟੈਨਸ਼ਨ ਨਾ ਲਾ ਤੂੰ ਆਪਾਂ ਭੈਣ ਚੋ ਧਰਨਾ ਵੀ ਲਾ ਦਾਂਗੇ ਧਰਨਾ ਲਾ ਦਾਂਗੇ ਕਦੀ ਫੁੱਫੜ ਜੀ ਨਾਲ ਹੈ ਫਿਲਮ ਦੇਖੀ ਆ ਫੁੱਫੜ ਜੀ ਉਹੀ ਫੁੱਫੜ ਜੀ ਟੈਨਸ਼ਨ ਨਾ ਲੈ ਹਰਕਰਨ ਸਿੰਘ ਜੀ ਇੱਕ ਨਵੇਂ ਐਕਸਪੈਰੀਮੈਂਟ ਲੱਗੇ ਨੇ ਕਰਨ ਕਹਿੰਦੇ ਉਰੇ ਤੋਂ ਅਸੀਂ ਨੇ ਜਿਹੜਾ ਰੋਕਟ ਲਾਂਚ ਕਰਨਾ ਕਹਿੰਦੇ ਸਿੱਧਾ ਉਹ ਚੰਦ ਦਿਖਦਾ ਸਾਹਮਣੇ ਇੱਕ ਮਿੰਟ ਤੁਹਾਨੂੰ ਵੀ ਦਿਖਾਉਣਾ ਇਹ ਸਾਹਮਣੇ ਉਹ ਚੰਦ ਦਿਖਦਾ ਹੈ ਹੁਣ ਇਹ ਚੰਦ ਤੇ ਜਾ ਕੇ ਉਤਰਨਾ ਜੀ ਇਹਨੂੰ ਅਸੀਂ ਇਹ ਤੇ ਇੱਕ ਛੋਟਾ ਜਿਹਾ ਕੈਮਰਾ ਲਾਇਆ ਇਹ ਆਹ ਚੀਜ਼ ਆ ਜੀ ਦੇਖੋ ਆ ਦੇਖੋ ਇਹਦੇ ਤੇ ਕੈਮਰਾ ਲਾਇਆ ਇਹਦੇ ਉੱਪਰ ਬਿਠਾਉਣਾ ਅਸੀਂ ਨੇ ਕਿਹਨੂੰ ਬਿਠਾਉਣਾ ਚੱਲ ਜਿਹੜਾ ਮਰਜ਼ੀ ਵੇਖ ਲਓ ਇਹ ਇੱਥੋਂ ਉੜੂਗਾ ਤੇ ਸਿੱਧਾ ਜਾ ਕੇ ਉਹ ਦੇਖੋ ਸਾਹਮਣੇ ਚੰਦ ਦਿਖਦਾ ਜੀ ਇਹਦੇ ਤੇ ਜਾ ਕੇ ਲੈਂਡ ਕਰਨਾ ਚਲੋ ਬਈ ਚਲੋ ਸ਼ੁਰੂ ਕਰੋ ਚਲੋ ਉਹ ਮਾਚਿਸ ਦੀ ਡੱਬੀ ਕਿੱਥੇ ਆ ਹਾਏ ਤੇਰਾ ਭਲਾ ਓਏ ਉਹਨੇ ਅੱਧਾ ਤਾਂ ਉਹਨੇ ਹੁਣੇ ਤੋੜਤਾ ਜਾਂ ਮਾਚਿਸ ਤੂੰ ਚੱਕ ਲਈ ਪੁੱਤ ਘਰ ਤੋਂ ਬੂਜੀ ਨੂੰ ਕਹਿਦੀ ਕਹਿ ਮਾਚਿਸ ਦੀ ਡੱਬੀ ਦੇ ਦੋ ਜਾਣੀ ਕਿ ਦੇਖਦੇ ਆ ਪਹਿਲਾਂ ਤਾਂ ਇਹਦੇ ਉੱਪਰ ਬਹਿ ਕੇ ਦੇਖੋ ਇੱਕ ਅੱਧਾ ਜਾਣਾ ਐਂ ਕਰੋ ਉਹਨੇ ਐਂ ਕਰੋ ਮੇਰੀ ਗੱਲ ਸੁਣੋ ਕੁਛ ਨਾ ਕਰੋ ਚੌਂਕੜੀ ਮਾਰ ਕੇ ਬਹਿ ਜਾਓ ਆਪਣੀ ਗੋਦੀ 'ਚ ਰੱਖ ਲਓ ਉਹਨੂੰ ਇਹਨੇ ਆਪੇ ਲੈ ਜਾਣਾ ਉੱਪਰ ਠੀਕ ਹੈ ਹਾਂ ਇਹ ਦੇਖੋ ਜੀ ਹੁਣ ਅਸੀਂ ਲਾਂਚ ਕਰਨ ਲੱਗੇ ਹਾਂ ਰੋਕੇਟ ਅਤੇ ਕਿਉਂਕਿ ਅਸੀਂ ਟਾਈਮ ਦੇਖ ਕੇ ਲਾਂਚ ਕਰੇ ਹਾਂ ਚੰਦ ਪਹਿਲਾਂ ਸਾਨੂੰ ਦਿਖਦਾ ਨਹੀਂ ਤਾ ਹੁਣ ਸਾਨੂੰ ਚੰਦਰਮਾ ਜਿਹੜਾ ਉਹ ਦਿਖਣ ਲੱਗ ਗਿਆ ਕਿਉਂਕਿ ਚੰਦ ਲਓ ਜੀ ਹੁਣ ਇੱਕ ਨਵਾਂ ਐਕਸਪੈਰੀਮੈਂਟ ਲੱਗਿਆ ਕਰਨ ਜਿਹੜਾ ਕਿਸੇ ਨੇ ਨਹੀਂ ਕਰਿਆ ਕਿਸੇ ਯੂਟਿਊਬਰ ਨੇ ਨਹੀਂ ਕਰਿਆ ਬੰਬ ਚਲਾਉਂਦੇ ਬਥੇਰੇ ਦੇਖੇ ਨੇ ਤੁਸੀਂ ਬੰਬਾਂ ਦੀਆਂ ਵੀਡੀਓ ਬਥੇਰੀਆਂ ਲੋਕਾਂ ਨੇ ਪਾਈਆਂ ਪਰ ਦੇਖੋ ਹੁਣ ਆਹ ਜਿਹੜਾ ਝੁੰਡ ਹੈ ਇਹ ਝੁੰਡ ਹੈਗਾ ਰੋਕਟਾਂ ਦਾ ਜਾਣੀ ਕਿ ਇਹਨਾਂ ਨੂੰ ਕਹਿੰਦੇ ਨੇ ਕਿਆ ਕਹਿੰਦੇ ਨੇ
ਸੁਰਲੀ ਨੀ ਕੜਕਾਂ ਕਹਿੰਦੇ ਨੇ ਇਹਨੂੰ, ਇਹ ਨੇ ਕੜਕਾਂ ਕੜਕ, ਇਹ ਕਹਿੰਦੇ ਨੇ ਕੜਕ। ਇਹਨਾਂ ਨੂੰ ਹੁਣ ਇਕੱਠੀਆਂ ਲਾਂਚ ਕਰਨਾ, ਕਿਉਂਕਿ ਇਹ ਕਹਿੰਦੇ ਜੇ ਇਕੱਠੀਆਂ ਲਾਂਚ ਕਰਾਂਗੇ ਤਾਂ ਜਾ ਕੇ ਚੰਦ ਤੇ ਪਹੁੰਚਣਗੀਆਂ। ਇਹ ਹੁਣ ਠੀਕ ਹੈ ਜੀ, ਤੇ ਹੁਣ ਆਪਾਂ ਦੇਖਦੇ ਹਾਂ ਲਾਂਚ ਕਰਨ ਲੱਗਿਆ ਭਵਜੋਤ, ਭਵਜੋਤ ਪਰ ਇੱਕ ਸੁਣ ਲੈ ਪੁੱਤ, ਲਾਂਚ ਤਾਂ ਲੱਗਿਆ ਕਰ, ਇਹ ਲੋਕਾਂ ਦੇ ਘਰੇ ਉਤਰਨੀਆਂ ਨੇ ਜਾ ਕੇ, ਇਹ ਲੋਕਾਂ ਦੇ ਘਰੇ ਉਤਰਨੀਆਂ ਨੇ ਜਾ ਕੇ। ਚੱਲ ਤਾਂ ਸਹੀ ਪਸਾਈਆਂ ਨੇ ਤਾਂ, ਪਹਿਲਾਂ ਐਂ ਕਰ ਇੱਕ ਇੱਕ ਨੂੰ ਦੇਖ, ਪਹਿਲਾਂ ਛੱਡ ਕੇ ਸਿੱਧੀ ਜਾਂਦੀ ਹੈ, ਚੱਲ ਐ ਨੀ ਖੜ ਜਾ, ਕੋਈ ਚੀਜ਼ ਲਿਆ ਕਰਨੇ, ਐ ਨੀ ਐ ਨੀ ਕਿਸੇ, ਹਾਂ ਬੋਤਲ ਬੂਤਲ ਲਿਆ, ਉਹ ਪਈਆਂ ਨੇ ਬੋਤਲਾਂ, ਆਹ ਦੇਖੋ ਯਾਰ ਮੈਂ ਤੁਹਾਨੂੰ ਮੈਂ ਲਿਆ ਕੇ ਦਿੰਦਾ ਯਾਰ ਬੋਤਲ ਖਰਚੋ, ਆ ਲੈ ਪੁੱਤ ਓਏ ਆ ਲੈ ਆ ਲੈ ਆ ਇਹਨੂੰ ਉਹਦੇ ਵਿੱਚ ਕੱਟ ਦੇ ਰਣੀ, ਚਲਾ ਲੈ ਚਲਾ ਲੈ, ਕੋਈ ਨੀ ਚਲਾ ਲੈ, ਗੱਡੀ ਕੋਲ ਨਾ ਚਲਾਈ ਓਏ, ਚੱਲੇ ਆ ਟੋਰਚ ਪਾ, ਪਹਿਲਾਂ ਮੰਮੀ ਕਾਗਜ਼ ਦਾ ਲਫਾਫਾ ਲਿਆ, ਲਾਂਚ ਤਾਂ ਕਰਤਾ ਪਰ ਜਿਹਦੇ ਜਿਹਦੇ ਤੇ ਕਰਿਆ ਤਾਂ ਉਹਦਾ ਬੇਚਾਰੀ ਥੱਲੇ ਬੈਠ ਗਈ, ਉਹਦੀ ਬੇਚਾਰੀ ਸ਼ਕਲ ਵਿਗੜ ਗਈ। ਹੁਣ ਹੁਣ ਇਹ ਨੀ, ਹੁਣ ਆਹ ਦਿਖਾਈ ਮਾੜਾ ਜਾ, ਆਹ ਜਿਹੜਾ ਬੰਬ ਹੈ ਇਹਨੂੰ ਹੁਣ ਅਸੀਂ ਨੇ ਚਲਾਉਣਾ ਇਹਦੇ ਚ, ਆਹ ਪਾਣੀ ਚ ਸਿੱਟਣਾ, ਹੁਣ ਇਹ ਦੇਖਣਾ ਆਪਾਂ ਵੀ ਪਾਣੀ ਦੇ ਵਿੱਚ ਇਹਦੀ ਕਿੰਨੀ ਆਵਾਜ਼ ਹੁੰਦੀ ਹੈ। ਠੀਕ ਹੈ ਇੱਕ ਮਿੰਟ ਦੇਖਦੇ ਹਾਂ, ਪਹਿਲਾਂ ਆਪਾਂ ਕਿਸੇ ਚੀਜ਼ ਦੇ ਵਿੱਚ ਇਹਨੂੰ ਪੈਕ ਕਰੀਏ, ਖੜ ਜਾ ਇੱਕ ਮਿੰਟ। ਭਾਈ ਹੈਗਾ ਰਣਵੀਰ ਦਾ ਸ਼ੁਕਰਾ, ਜਾਣੀ ਕਿ ਹਾਂ ਰਣਵੀਰ ਦਾ ਮੁੰਡਾ ਆਪਣੇ ਕੋਲ ਆਇਆ, ਹੁਣ ਛੁੱਟੀਆਂ ਕੱਟਣ ਆਇਆ ਹੁਣ, ਠੀਕ ਹੈ ਤੇ ਹੁਣ ਛੁੱਟੀਆਂ ਹੋ ਗਈਆਂ ਆਪਣੇ ਸ਼ਹੀਦੀ ਜੋੜ ਮੇਲੇ ਕਰਕੇ ਸਭਾ ਦੀਆਂ ਛੁੱਟੀਆਂ, ਤਾਂ ਉਰੇ ਆਇਆ ਭਵਜੋਤ ਨਾਲ ਖੇਡਣ, ਤਾਂ ਇਹ ਹੁਣ ਇਹ ਹੁਣ ਡਿਸਕਸ ਇਹ ਚੱਲਦੀ ਆ, ਉਹ ਕਹਿੰਦਾ ਮੈਂ ਵੱਧ ਦਿਨ ਰਹਿਣਾ, ਰਣੀ ਕਹਿੰਦਾ ਯਾਰ ਥੋੜਾ ਜਿਹਾ ਘੱਟ ਕਰਦੇ, ਉਹ ਕਹਿੰਦਾ ਮੈਂ ਘੱਟ ਕਰਦਾ ਨੀ, ਚੱਲ ਬਈ ਤੇ ਲਓ ਜੀ ਹੁਣ ਭਵਜੋਤ ਨੇ ਇਹ ਬਣਾ ਤਾ ਚੂਹਾ ਬੰਬ, ਪਹਿਲਾਂ ਇਹ ਹੈਗਾ ਤਾਂ ਇਹ ਦੂਆ ਹਾਥੀ ਬੰਬ, ਹੁਣ ਇੱਕ ਮਿੰਟ ਰੁਕ, ਹੁਣ ਹੁਣ ਇੱਕ ਮਿੰਟ ਖੜ ਜਾਓ, ਇੱਕ ਮਿੰਟ ਖੜ ਜਾ ਯਾਰ, ਲਿਆ ਫੜਾ ਇੱਕ ਮਿੰਟ ਬੰਬ ਦਿਖਾ, ਤੇ ਹੁਣ ਇਹ ਇਹ ਬੰਬ ਨੂੰ ਅਸੀਂ ਸੁੱਟਣ ਚੱਲੇ ਆ ਪਾਣੀ ਵਾਲੇ ਢੋਲ ਚ, ਇਹ ਦੇਖਣਾ ਬੰਬ ਵੀ ਕਿੰਟੋ ਪਾਣੀ ਦੇ ਵਿੱਚ ਕਿੰਨੀ ਆਵਾਜ਼ ਕਰਦਾ। ਠੀਕ ਹੈ ਜੀ, ਲਿਆ ਬਈ ਐ ਕਰ, ਲਿਆ ਉਰੇ ਲਿਆ ਉਰੇ ਉਰੇ, ਇੱਕ ਮਿੰਟ ਖੜ, ਇੱਕ ਮਿੰਟ ਖੜ, ਮੰਮੀ ਨਹੀਂ ਪਹਿਲਾਂ ਅੱਗ ਲਾਉਣੀ, ਕੁਛ ਨਹੀਂ ਹੁੰਦਾ ਬੰਦ ਕਰ ਯਾਰ, ਐਵੇਂ ਕੁਛ ਨਹੀਂ ਹੁੰਦਾ, ਚੱਲ ਫਿਰ ਚੱਲ ਚੱਲ, ਉਹ ਤੇਰੇ ਹੱਥ ਚ ਫੜ ਗਿਆ ਸਿਆਪਾ ਛੱਡ ਜੂਗਾ, ਮੈਂ ਤੈਨੂੰ ਦੱਸਤਾ ਇਹ ਬਹੁਤ ਛੇਤੀ ਫੜਦਾ, ਮੈਂ ਦੋ ਵਾਰ ਲਾਇਆ ਅੱਗ, ਚੱਲ ਭਵਜੋਤ ਇਹਦਾ ਮਿੰਟ ਚ ਫੜਦਾ, ਛੱਡ ਦੇ ਖੜ ਜਾ, ਇਹ ਅੱਗ ਨਹੀਂ ਲੱਗੀ, ਲੱਗ ਗਈ ਯਾਰ, ਉਹ ਲੱਗ ਗਈ, ਉਹ ਲੱਗ ਗਈ ਇਹ ਆਪੇ, ਬਸ ਦੀ ਆ ਗਿਆ ਓਏ, ਉਹ ਸਾਰੇ ਸੁੰਨ ਜੇ ਹੋ ਗਏ ਯਾਰ, ਆ ਦੇਖੋ ਆ ਦੇਖੋ ਕੀ ਹੋ ਗਿਆ, ਆਏ ਹਾਏ 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 ਹਾਏ, ਆ ਪਾਣੀ ਵੀ ਦੇਖ ਕੇ ਮੈਂ ਬਾਹਰ, ਬੜੇ ਖਤਰਨਾਕ ਤਰੀਕੇ ਨਾਲ, ਬੱਲੇ ਬੱਲੇ ਇਹਦਾ ਹਾਲ ਤਾਂ ਦੇਖੋ ਤੁਸੀਂ, ਉਰੇ ਢੋਲ ਦੇ ਪਾਣੀ ਪਾਣੀ ਸਾਰਾ ਬਾਹਰ ਮਾਰਿਆ ਕੱਢ ਕੇ ਦੇਖ, ਉਹਨੇ ਆ ਦੇਖ ਪਾਣੀ ਸਾਫ਼ ਕਰਤਾ ਇਹਨੇ। ਠੀਕ ਹੈ ਜੀ, ਤੇ ਠੀਕ ਹੈ ਜੀ, ਅੱਜ ਦਾ ਬਲੌਗ ਕਰਦੇ ਹਾਂ ਆਪਾਂ ਪੂਰਾ, ਤੇ ਕੱਲ ਮਿਲਾਂਗੇ ਨਵੇਂ ਬਲੌਗ 'ਚ, ਤੇ ਕਮੈਂਟ ਕਰਿਓ, ਸ਼ੇਅਰ ਕਰਿਓ, ਲਾਈਕ ਕਰਿਓ, ਤੇ ਕਿਆ ਕਰਨਾ ਭੁੱਲਿਓ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਓਕੇ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ, ਬਾਏ ਬਾਏ, ਲੈ ਬਾਈ ਮੰਮੀ।